ਸਫਲਤਾ ਕਰਕੇ ਜੋ ਸਿੱਖ ਸੰਗਤਾਂ ਦਾ ਸਹਿਯੋਗ ਹੈ ਕਰਕੇ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ MP ਦੀ ਚੋਣ ਲੜਨ ਵਾਸਤੇ ਭਾਈ ਸੰਦੀਪ ਸਿੰਘ ਜੀ ਨੂੰ ਮੈਦਾਨ ਵਿੱਚ ਲਿਆਂਦਾ ਜਾ ਰਿਹਾ ਹੈ ਤੇ ਜਥੇਬੰਦੀਆਂ ਨੇ ਅੱਜ ਗੁਰਮਤਾ ਕੀਤਾ ਹੈ ਕਿ ਸਾਰੀ ਸੰਗਤ ਦਾ ਸਹਿਯੋਗ ਲੈ ਕਰਕੇ ਭਾਈ ਸੰਦੀਪ ਸਿੰਘ ਜੀ ਨੂੰ ਆਪਾਂ ਜਿਤਾ ਕੇ MP ਦੀਆਂ ਚੋਣਾਂ ਦੇ ਵਿੱਚੋਂ ਪਾਰਲੀਮੈਂਟ ਵਿੱਚ ਭੇਜਿਆ ਜਾਵੇ ਜਿੱਥੇ ਹਰ ਇੱਕ ਮੁੱਦੇ ਦੀ ਗੱਲ ਜਿਹੜੀ ਆ ਜਿਹੜੀਆਂ ਸਿੱਖ ਸੰਗਤਾਂ ਦੀਆਂ ਹਨ ਉਹਨਾਂ ਨੂੰ ਜੋ ਲਾਗੂ ਕਰਾਇਆ ਜਾਵੇ। ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਮੀਡੀਆ ਰਾਹੀਂ ਤੁਹਾਡੇ ਤੱਕ ਭਾਵੇਂ ਲੇਟ ਜੁੜੇ ਹਾਂ, ਲੇਟ ਦੀ ਕਵਰ ਕਰਨਾ ਸੰਗਤ ਦੇ ਹੱਥ ਵੱਸ ਹੈ। ਤੁਸੀਂ ਲੰਮਾ ਸਮਾਂ MLA ਨੂੰ ਵੋਟਾਂ ਪਾ ਕੇ ਜਿਤਾ ਕੇ ਲਿਆਂਦਾ ਹੈ, ਇਹ ਕੀ ਹੱਥ ਜੁੜ ਕੇ ਬੇਨਤੀ ਹੈ ਕਿ ਭਾਈ ਸੰਦੀਪ ਸਿੰਘ ਜੀ ਦੀ ਬੜੀ ਵੱਡੀ ਕੁਰਬਾਨੀ ਹੈ ਉਹਨੂੰ ਆਪਾਂ MP ਦੀਆਂ ਚੋਣਾਂ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਮਾਤਾਵਾਂ ਗਾੜੀ ਮੇਰੀ ਹੱਥ ਜੁੜ ਕੇ ਬੇਨਤੀ ਹੈ, ਇੱਕ ਇੱਕ ਵੋਟ ਸਾਡੀ ਹੈ ਬੜੀ ਕੀਮਤੀ, ਪਰ ਸੰਦੀਪ ਸਿੰਘ ਸੰਨੀ ਨੂੰ ਮੌਕਾ ਦਈਏ, ਸੰਦੀਪ ਸਿੰਘ ਸੰਨੀ ਨੂੰ ਜਿਤਾ ਕੇ ਇੱਕ ਤੇ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਤੇ ਦੂਜਾ ਜਿਹੜਾ ਚੋਣ ਪ੍ਰਚਾਰ ਵਾਸਤੇ, ਇਹ ਨਹੀਂ ਕਿ ਸੰਨੀ ਭਾਈ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦਾ ਕੱਲਾ ਫਰਜ਼ ਨਹੀਂ, ਇੱਥੇ ਜਿਹੜੇ ਦੇਸ਼ ਵਿਦੇਸ਼ ਦੀਆਂ ਸਭ ਸੰਗਤਾਂ ਨੂੰ ਬੇਨਤੀ ਹੱਥ ਜੋੜ ਕੇ ਤਗੜੇ ਹੋ ਕਰਕੇ ਸਹਿਯੋਗ ਦਿਓ। ਲੇਟ ਦੀ ਮਾਫ਼ੀ ਮੰਗਦੇ ਹਾਂ, ਇੱਕ ਮਹੀਨਾ ਆਪਣੇ ਕੋਲ ਹੈ ਤੇ 7 ਤਰੀਕ ਨੂੰ ਜੋ ਕਾਗਜ਼ ਜਿਹੜੇ ਆ ਭਾਈ ਸੰਦੀਪ ਸਿੰਘ ਦੇ ਨਾਂ ਤੇ ਉੱਥੇ ਜਮ੍ਹਾਂ ਕਰਾਏ ਜਾਣੇ ਆ, ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਅੱਗੇ 6ਵੇਂ ਪਾਤਸ਼ਾਹ ਦੇ ਅੱਗੇ ਅਰਦਾਸ ਕੀਤੀ ਜਾਵੇਗੀ ਤੇ ਮੇਰੀਆਂ ਦੁਬਾਰਾ ਫਿਰ ਇਹੋ ਬੇਨਤੀ ਹੈ ਅੰਮ੍ਰਿਤਸਰ ਸ਼ਹਿਰੀ ਦੇ ਜਿੰਨੇ ਵੀ MP ਨੂੰ MLA ਪੈਂਦੇ ਨੇ, MLA ਨੂੰ ਜਿੰਨੇ ਪਿੰਡ ਪੈਂਦੇ ਨੇ, ਉਹ ਸਾਰੀਆਂ ਸੰਗਤਾਂ ਦਾ ਆਪਦੀ ਬੇਨਤੀ ਨੂੰ ਪ੍ਰਵਾਨ ਕਰਕੇ ਸੰਦੀਪ ਸਿੰਘ ਸੰਨੀ ਦਾ ਜੋ ਵੀ ਚੋਣ ਨਿਸ਼ਾਨ ਹੋਵੇਗਾ ਉਹਦਾ ਬਟਨ ਦੱਬ ਕੇ ਇੱਕ ਤੇ ਤੁਹਾਡੀ ਵੋਟ ਦੀ ਇੱਕ ਲੈਣ ਵਾਲੀ ਸਰੋਤਿਆਂ ਦੀ ਤੁਹਾਡੀ ਸਫਲਤਾ ਤੁਹਾਨੂੰ ਜ਼ਰੂਰ ਮਿਲੇਗੀ ਕਿਉਂਕਿ ਭਾਈ ਸੰਦੀਪ ਸਿੰਘ ਸੰਨੀ ਦੀ ਬੜੀ ਵੱਡੀ ਕੁਰਬਾਨੀ ਹੈ। ਅਸੀਂ ਇੰਨੀ ਕੁ ਬੇਨਤੀ ਜਥੇਬੰਦੀ ਵੱਲੋਂ ਕਰਦੇ ਹਾਂ ਜਿੱਥੇ ਜਿੱਥੇ ਸਾਡੀਆਂ ਸਭਾਵਾਂ ਲਾਉਣਗੇ ਭਾਈ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਉੱਥੇ ਅਸੀਂ ਹਾਜ਼ਰ ਹਾਂ ਤੇ ਜਿਵੇਂ ਭਾਈ ਗੁਰਬਾਬ ਸਿੰਘ ਨੇ ਦੱਸ ਦਿੱਤਾ ਬਾਬਾ ਦਿਆਲ ਸਿੰਘ ਜੀ ਬਿਆਸ ਤੋਂ ਆਏ ਨੇ, ਜਿਹੜੇ ਜਿਹੜੇ ਅਟਾਰੀ ਇਲਾਕੇ ਦੇ ਨੇ ਜਾਂ ਆਪਾਂ ਹੋਰ ਇਲਾਕੇ ਨੇ ਸਾਰੇ ਇਲਾਕੇ ਨਿਵਾਸੀਆਂ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਇਹ ਕੀ ਜਿਹੜੇ ਤੁਸੀਂ ਦੂਜਿਆਂ ਦੇ ਮਗਰ ਭੱਜੇ ਫਿਰਦੇ ਜੇ ਤੇ ਭਾਈ ਸੰਦੀਪ ਸਿੰਘ ਦੇ ਮਗਰ ਭੱਜਿਓ ਜਿਹਨੇ ਇਕੱਲੇ ਨੇ ਬੜੀ ਵੱਡੀ ਕੁਰਬਾਨੀ ਕਰਕੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਹੈ। ਵਾਹਿਗੁਰੂ ਜੀ ਕਾ ਖਾਲਸਾ।